ਸੁਖਬੀਰ ਬਾਦਲ ਦੀ ਤਬੀਅਤ ਖਰਾਬ ਹੋ ਗਈ ਤੇ ਹੁਣ ਮਜੀਠੀਆ ਸਾਹਿਬ ਨੇ ਮੋਰਚਾ ਸਾਂਭਿਆ। ਉਹਨਾਂ ਨੂੰ ਉਹ ਯਾਤਰਾ ਵਿੱਚ ਛੱਡਣੀ ਪਈ। ਡਾਕਟਰਾਂ ਮੁਤਾਬਕ ਅਗਲੇ ਕੁਝ ਦਿਨ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅੱਜ ਤੋਂ ਇਸ ਯਾਤਰਾ ਨੂੰ ਉਹਦੀ ਕਮਾਂਡ ਮਜੀਠੀਆ ਸਾਹਿਬ ਨੇ ਸਾਂਭ ਲਈ ਹੈ। ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚੋਂ ਯਾਤਰਾ ਕੱਢੀ ਜਾਂਦੀ ਹੈ, ਹਰ ਦਿਨ ਕਿਸੇ ਨਾ ਕਿਸੇ ਹਲਕੇ ਤੋਂ ਤੁਰਦੀ ਹੈ ਅਤੇ ਅੱਜ ਲੁਧਿਆਣੇ ਦੇ ਪਾਹਿਲ ਤੋਂ ਉਹ ਤੁਰਨੀ ਸੀ, ਪਰ ਸੁਖਬੀਰ ਬਾਦਲ ਦੀ ਤਬੀਅਤ ਖਰਾਬ ਹੋ ਗਈ ਅਤੇ ਹੁਣ ਮਜੀਠੀਆ ਸਾਹਿਬ ਨੇ ਮੋਰਚਾ ਸਾਂਭਿਆ ਜੀ। ਦੇਖੋ, ਇੱਕ ਤਾਂ ਆਮ ਆਦਮੀ ਪਾਰਟੀ ਦੇ ਆਗੂ ਬਹੁਤ ਸਾਰੇ ਇਹ ਕਹਿੰਦੇ ਆ ਨਾ ਕਿ ਜਿਹੜੇ 7-17 ਹੋਟਲ ਵਰਗੀਆਂ ਗੱਡੀਆਂ 'ਚੋਂ ਨਹੀਂ ਉਤਰਦੇ ਸੀ ਉਹ ਲੋਕਾਂ 'ਚ ਘੁੰਮਣ ਤਾਂ ਲਾਤੇ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹੀ ਗੱਲ ਕਹਿੰਦੇ ਸੀ, ਭਾਵੇਂ ਆਪ ਉਹ ਗੱਡੀ 'ਚ ਵੜ ਗਏ। ਸੁਰੱਖਿਆ ਦਾ ਮਾਮਲਾ ਵੀ ਹੁੰਦਾ ਕਿਉਂਕਿ ਮੁੱਖ ਮੰਤਰੀ ਆ, ਉਹਦੀ ਸੁਰੱਖਿਆ ਵੀ ਦੇਖਣੀ ਹੈ, ਇਹ ਵੀ ਇੱਕ ਗੱਲ ਹੈ। ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਪੰਜਾਬ ਬਚਾਓ ਯਾਤਰਾ 'ਤੇ ਗਏ ਨੇ, ਉਹ ਖੁਦ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਆਪਣਾ ਫੈਸਲਾ ਕੀਤਾ ਅਤੇ ਉਹ ਜਾ ਰਹੇ ਨੇ, ਉਹਨਾਂ ਨੂੰ ਪੂਰਾ ਅਧਿਕਾਰ ਹੈ। ਕਹਿੰਦੇ ਆ ਕਿ ਉਹਨਾਂ ਨੂੰ ਡਾਇਰੀਆ ਹੋ ਗਿਆ, ਆਮ ਤੌਰ 'ਤੇ ਖਾਣ ਪੀਣ ਖਾਸ ਕਰ ਪਾਣੀ, ਭਾਵੇਂ ਸਰਦਾਰ ਸੁਖਬੀਰ ਸਿੰਘ ਹੋਰੀ ਆਮ ਪਾਣੀ ਤਾਂ ਨਹੀਂ ਪੀਂਦੇ, ਉਧਰੋਂ ਗਰਮੀ ਵੀ ਸ਼ੁਰੂ ਹੋ ਗਈ। ਅਜਿਹੇ ਦੇ ਵਿੱਚ ਉਹਨਾਂ ਨੂੰ ਉਹ ਯਾਤਰਾ ਵਿੱਚ ਛੱਡਣੀ ਪਈ। ਡਾਕਟਰਾਂ ਮੁਤਾਬਕ ਅਗਲੇ ਕੁਝ ਦਿਨ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਸੋ ਜੇ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤਾਂ ਮੈਂ ਸਮਝਦਾ ਕਿ ਮਜੀਠੀਆ ਸਾਹਿਬ ਉਹਨਾਂ ਦੇ ਸਭ ਤੋਂ ਨੇੜਲੇ ਰਿਸ਼ਤੇਦਾਰ ਨੇ। ਅੱਜ ਤੋਂ ਇਸ ਯਾਤਰਾ ਨੂੰ ਉਹਦੀ ਕਮਾਂਡ ਮਜੀਠੀਆ ਸਾਹਿਬ ਨੇ ਸਾਂਭ ਲਈ ਹੈ। ਜਿਵੇਂ ਜਿਵੇਂ ਪ੍ਰੋਗਰਾਮ ਲੀਕਿਆ ਵਾ ਉੱਧਰਲੇ ਪਾਸੇ ਨੂੰ ਜਾਂਦੇ ਰਹਿਣਗੇ। ਸੋ ਸੁਖਬੀਰ ਸਿੰਘ ਹੋਰਿਆਂ ਦੀ ਸਿਹਤ ਇੱਕ ਵਾਰੀ ਵਿਗੜੀ ਹੈ ਅਤੇ ਸਾਰੇ ਉਹ ਜਲਦੀ ਸਿਹਤਯਾਬ ਹੋਣ। ਉਹ ਜਿੱਥੇ ਉਹਨਾਂ ਦੇ ਪਾਰਟੀ ਦੇ ਵਰਕਰ ਆਗੂ ਕਹਿੰਦੇ ਆ, ਆਪਾਂ ਸਾਰੇ ਇਸ ਗੱਲ ਦੇ ਉੱਤੇ ਕਿ ਕੋਈ ਵੀ ਆਗੂ ਤੰਦਰੁਸਤ ਰਹੇ, ਸਿਹਤਯਾਬ ਹੋ ਕੇ ਲੋਕਾਂ ਦੇ ਵਿੱਚ ਜਾਵੇ ਅਤੇ ਲੋਕਾਂ ਮੁਤਾਬਕ ਕੰਮ ਕਰੇ। ਕਈ ਵਾਰ ਦਾਅਵੇ ਇਹਨਾਂ ਦੇ ਬਹੁਤ ਵੱਡੇ ਵੱਡੇ ਆ, ਜਿਵੇਂ ਮਹੱਲਾ ਕਲੀਨਿਕ, ਆਪ ਇਹ ਫਿਰ ਵੱਡੇ 5-17 ਹੋਟਲਾਂ ਵਾਲੇ ਵਰਗੇ ਹਸਪਤਾਲਾਂ 'ਚ ਜਾਂਦੇ ਨੇ। ਜੇ ਆਗੂ ਸਾਡੇ ਬੱਚੇ ਸਕੂਲਾਂ 'ਚ ਪੜ੍ਹਾਵੇਗਾ ਆਮ 'ਚ, ਜੇ ਆਮ ਹਸਪਤਾਲਾਂ ਦੇ ਵਿੱਚ ਇਹ ਇਲਾਜ ਕਰਾਉਣਗੇ ਤਾਂ ਉਹ ਲੋਕਾਂ ਵਾਸਤੇ ਕਾਫੀ ਹੱਦ ਤੱਕ ਚੰਗਾ ਹੋਵੇਗਾ। ਇਹ ਮੈਂ ਗੱਲ ਕਹਿਣਾ ਚਾਹੁੰਦਾ ਕਿ ਚੰਗਾ ਹੋਵੇ। ਦੇਖਦੇ ਹਾਂ ਅਗਲੇ ਸਮੇਂ ਦੇ ਵਿੱਚ
ਇਹ ਆਪਣੀਆਂ ਗੱਲਾਂ ਤੇ ਖਰਾ ਉਤਰਦੇ ਆ ਜਾਂ ਨਹੀਂ ਉਤਰਦੇ, ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।